ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਦੋਸਤੋ? ਸਾਰਿਆਂ ਨੂੰ ਮੇਰੇ ਵੱਲੋਂ ਅਤੇ ਮੇਰੇ ਭਰਾ ਵੱਲੋਂ ਈਦ ਦਾ ਤੀਸਰਾ ਦਿਨ ਮੁਬਾਰਕ ਹੋਵੇ। ਯਾ ਅੱਜ ਤੁਸੀਂ ਕਿਹੜੀ ਵੀਡੀਓ ਲੈ ਕੇ ਆਇਓ? ਅੱਜ ਆਪਾਂ ਕਿਹੜੀ ਵੀਡੀਓ ਦੇਖਣ ਲੱਗੇ ਹਾਂ? ਅੱਜ ਜਿਹੜੀ ਆਪਾਂ ਵੀਡੀਓ ਵੇਖਣ ਲੱਗੇ ਹਾਂ ਨਾ, ਉਹਨੂੰ ਇਹ ਕਿਹਾ ਜਾ ਰਿਹਾ ਕਿ ਦੁਨੀਆ ਦਾ 8ਵਾਂ ਅਜੂਬਾ ਹੈ। ਹਾਂ, 7 ਅਜੂਬੇ ਨੇ। ਹਾਂ, ਇਹ 8ਵਾਂ ਅਜੂਬਾ ਹੈ। ਇਹ ਨਾ 550 ਸਾਲ ਪੁਰਾਣੀ ਨਾ ਇੱਕ ਜਗ੍ਹਾ ਹੈ ਪਾਕਿਸਤਾਨ 'ਚ, ਉੱਥੇ ਮਸਜਿਦ, ਮੰਦਰ ਅਤੇ ਗੁਰਦੁਆਰਾ ਇਕੱਠੇ ਨੇ। ਤਿੰਨੇ ਚੀਜ਼ਾਂ, ਹਾਂ, ਤਿੰਨੇ ਧਰਮਾਂ ਦੀਆਂ ਜਨਮ ਜਿਹੜੇ ਨੇ ਪਵਿੱਤਰ ਸਥਾਨ ਇਕੱਠੇ ਇਕੱਠੇ ਨੇ। ਅਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਨੇ ਹਾਂ ਅਤੇ ਆਪਾਂ ਇਹ ਵੇਖਦੇ ਹਾਂ ਇੱਕ ਖੂਬਸੂਰਤ ਇੱਕ ਨਜ਼ਾਰਾ ਜਿਹੜਾ ਨਾ ਇਹ ਇੰਜੋਏ, ਲੋਕਾਂ ਨੂੰ ਵੀ ਆਪਣੇ ਵੀਵਰਸ਼ਿਪ ਨੂੰ ਵੀ ਦਿਖਾਉਂਦੇ ਹਾਂ। ਚਲੋ ਦੋਸਤੋ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਮੈਂ ਨਾਸਰ ਕਿਸਾਨਾ ਔਰ ਤੁਸੀਂ ਦੇਖ ਰਹੇ ਹੋ ਚੈਨਲ ਇੱਕ ਪਿੰਡ ਪੰਜਾਬ ਦਾ। ਦੋਸਤੋ, ਅੱਜ ਅਸੀਂ ਤੁਹਾਨੂੰ ਇੱਕ ਐਸੀ ਇਤਿਹਾਸਕ ਜਗ੍ਹਾ ਵਿਖਾਵਾਂਗੇ ਜੋ ਅੱਜ ਤੋਂ ਪਹਿਲੇ ਕਿਸੇ ਨੇ ਨਹੀਂ ਵੇਖੀ ਹੋਵੇਗੀ, ਅਤੇ ਅਜਿਹਾ ਨਜ਼ਾਰਾ ਪੂਰੀ ਦੁਨੀਆ ਵਿੱਚ ਕਿਧਰੇ ਨਹੀਂ ਵੇਖਿਆ ਹੋਣਾ। ਪਾਕਿਸਤਾਨ ਦੇ ਸਭ ਤੋਂ ਖੂਬਸੂਰਤ ਸ਼ਹਿਰ ਵਿੱਚ ਵਸਿਆ 550 ਸਾਲ ਪੁਰਾਣਾ ਮੰਦਰ, ਮਸਜਿਦ ਅਤੇ ਗੁਰਦੁਆਰਾ, ਉਹ ਵੀ ਇੱਕੋ ਜਗ੍ਹਾ, ਇੱਕੋ ਹਾਤੇ ਵਿੱਚ, ਇੱਕੋ ਚਾਰ ਦੀਵਾਰੀ ਦੇ ਵਿੱਚ। ਇਸ ਤੋਂ ਇਲਾਵਾ 120 ਸਾਲ ਪੁਰਾਣੀ ਮਿੱਟੀ ਦੀ ਬਣਾਈ ਹੋਈ ਟ੍ਰੇਨ ਅਤੇ ਸੱਖਰ ਬ੍ਰਿਜ ਦਾ ਨਮੂਨਾ, ਜਿਸ ਨੂੰ ਵੇਖਣ ਲਈ ਬ੍ਰਿਟਿਸ਼ ਕਿਊਨ ਵੀ ਆਈ ਸੀ। ਦੱਸਦੇ ਜਾਂਦੇ ਹਾਂ ਕਿ ਮਸ਼ਹੂਰ ਗਾਣਾ ਲੁੱਡੀ ਹੈ ਜਮਾਲੋ, ਜੋ ਬਿਨਾਂ ਪਿੱਲਰ ਦੇ ਬਣਿਆ ਹੋਇਆ ਦੁਨੀਆ ਵਿੱਚ ਇੱਕ ਨਵੇਕੜਾ ਪੁਲ ਹੈ। ਇਸ ਤੋਂ ਪਹਿਲੀ ਵਾਰ ਟ੍ਰੇਨ ਗੁਜ਼ਾਰਨ ਲਈ ਇੱਕ ਸਜ਼ਾਏ ਮੌਤ ਦੇ ਕੈਦੀ ਨੂੰ ਟ੍ਰੇਨ ਕਰਕੇ ਇਸ ਸ਼ਰਤ 'ਤੇ ਤਿਆਰ ਕੀਤਾ ਕਿ ਕਾਮਯਾਬ ਹੋ ਗਿਆ ਤਾਂ ਸਜ਼ਾਏ ਮੌਤ ਮਾਫ਼ ਕਰ ਦਿੱਤੀ ਜਾਏਗੀ। ਜਮਾਲੋ ਉਸੇ ਕੈਦੀ ਡਰਾਈਵਰ ਦਾ ਨਾਮ ਸੀ। ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ। ਇੰਟਰਸਟਿੰਗ ਲੱਗ ਰਹੀ, ਇੰਟਰਸਟਿੰਗ। ਮੈਂ ਤਾਂ ਦੇਖੀ ਕੋਈ ਨਹੀਂ, ਤੇ ਬੜੀ ਇੰਟਰਸਟਿੰਗ ਲੱਗ ਰਹੀ ਹੈ। ਸਾਰੇ ਦੋਸਤ ਆਪਾਂ ਰਲ ਮਿਲ ਕੇ ਦੇਖ ਰਹੇ ਹਾਂ, ਬਹੁਤ ਇੰਟਰਸਟਿੰਗ ਐਂਡ ਤੱਕ ਜੁੜੇ ਰਿਹਾ। ਪਿੰਡ ਆ ਜਿਹੜਾ ਇਸਲਾਮਾਬਾਦ ਦੇ ਵਿੱਚ ਵਸਿਆ ਹੋਇਆ ਹੈ, ਪੁਰਾਣੀਆਂ ਬਹੁਤ ਸਾਰੀਆਂ ਚੀਜ਼ਾਂ ਇਹਦੇ ਨਾਲ ਜੁੜੀਆਂ, ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਇਸਲਾਮਾਬਾਦ ਦੇ ਨਾਲ ਹੀ ਇੱਥੇ ਪਹੁੰਚ ਚੁੱਕੇ ਆ। ਅੱਛਾ, ਇਸ ਤਰ੍ਹਾਂ ਪਾਕਿਸਤਾਨ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੀਆਂ ਨਜ਼ਰਾਂ ਤੋਂ ਉਜਲ ਹੈ, ਜਿਹੜਾ ਹਜੇ ਤਾਈਂ ਨਹੀਂ ਦੇਖੀਆਂ, ਬਹੁਤੀਆਂ ਪਾਕਿਸਤਾਨੀਆਂ ਨੇ ਵੀ ਨਹੀਂ ਦੇਖੀਆਂ ਹੋਣੀਆਂ। ਅਸੀਂ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਉਹ ਵੀ ਦਿਖਾਵਾਂਗੇ ਇਨਸ਼ਾਅੱਲਾ। ਅਤੇ ਆਹ ਦੇਖੋ ਕਿੱਡਾ ਪੁਰਾਣਾ, ਮਤਲਬ ਸਟਰਕਚਰ, ਇੱਦਾਂ ਹੀ ਘਰ ਬਣੇ, ਦਰਵਾਜ਼ੇ ਪੁਰਾਣੇ ਲੱਗੇ, ਖਿੜਕੀਆਂ ਦੇਖੋ ਕਿੱਡੀਆਂ ਕਿੱਡੀਆਂ ਪੁਰਾਣੀਆਂ ਲੱਗੀਆਂ ਹੋਈਆਂ। ਇਹ ਚੀਜ਼ਾਂ ਜਿਹੜੀਆਂ ਲੋਕ ਦੇਖਣ ਆਉਂਦੇ ਇੱਥੇ, ਮਸਜਿਦ, ਮੰਦਰ ਅਤੇ ਗੁਰਦੁਆਰਾ ਇੱਕੋ ਜਗ੍ਹਾ ਹੈ। ਇਹ ਵੀ ਚੀਜ਼ਾਂ ਤੁਹਾਨੂੰ ਦਿਖਾਵਾਂਗੇ। ਪਾਕਿਸਤਾਨ ਦੀ ਖੂਬਸੂਰਤੀ ਜਿਹੜੀ ਅੱਖਾਂ ਤੋਂ ਓਝਲ ਹੈ, ਅੱਖਾਂ ਤੋਂ ਓਹਲੇ ਆ, ਅਸੀਂ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਦੋਸਤ ਆ ਰਹੇ ਆ। ਮਨੇਰ ਬਾਈ ਦੀ ਹਿਸਟਰੀ ਬਾਰੇ ਦੱਸੋ ਥੋੜ੍ਹਾ ਜਿਹਾ। ਇਹ ਬਹੁਤ ਨਾ ਇਤਿਹਾਸਿਕ ਪਿੰਡ ਇਸ ਹਵਾਲੇ ਨਾਲ ਵੀ ਹੈ ਕਿ ਜਦੋਂ ਇਸਲਾਮਾਬਾਦ ਨੂੰ 1960 ਦੇ ਵਿੱਚ ਡਿਵੈਲਪ ਕੀਤਾ ਗਿਆ ਤਾਂ ਇੱਥੇ ਕੋਈ 30 ਤੋਂ ਜ਼ਿਆਦਾ ਪਿੰਡ ਸੀ ਜਿਨ੍ਹਾਂ ਨੂੰ ਸਭ ਨੂੰ ਖਾਲੀ ਕਰਵਾ ਲਿਆ ਗਿਆ। ਅੱਛਾ, ਲੇਕਿਨ ਇਸ ਪਿੰਡ ਨੂੰ ਰਹਿਣ ਦਿੱਤਾ। ਉਹਦੀ ਸਿਗਨੀਫਿਕੈਂਸ ਇਹ ਹੈ ਕਿ ਆਪਾਂ ਅੱਗੇ ਦਿਖਾਉਂਦੇ ਹਾਂ ਕਿ ਮਸਜਿਦ, ਗੁਰਦੁਆਰਾ ਔਰ ਮੰਦਰ ਇੱਕੋ ਜਗ੍ਹਾ, ਤਿੰਨ ਪੁਰਾਣੀਆਂ, ਔਰ 550 ਸਾਲ ਪੁਰਾਣਾ ਇਸ ਪਿੰਡ ਨੂੰ ਕਿਹਾ ਜਾਂਦਾ ਕਿ ਕਮ ਅਜ਼ ਕਮ ਇਹਦੀ ਹਿਸਟਰੀ 550 ਸਾਲ ਜਿਹੜੀ ਆ ਉਹ ਪੁਰਾਣੀ ਹੈ। ਤੋ ਇਹਦੇ ਚ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ, ਮੰਦਰ ਹੈ ਔਰ ਮਸਜਿਦ ਹੈ, ਔਰ ਤਿੰਨਾਂ ਦੀਆਂ ਕੰਧਾਂ ਸਾਂਝੀਆਂ। ਉਸ ਵਕਤ ਲੋਕ ਕਿੰਨੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਕਿ ਤਿੰਨ ਵੱਡੇ ਧਰਮਾਂ ਦਾ ਇਹ ਸਾਂਝੀ ਜਗ੍ਹਾ ਔਰ ਸਾਂਝੀ ਜਗ੍ਹਾ ਸੀ। ਇਹ ਮੰਦਰ ਆ, ਹਾਂਜੀ ਇੱਥੋਂ ਆਓ ਨਾ, ਇਹ ਮੰਦਰ ਹੈ, ਨਾਲ ਹੀ ਉਹ ਗੁਰਦੁਆਰਾ ਸਾਹਿਬ ਹੈ, ਨਾਲ ਹੀ ਮਸਜਿਦ ਹੈ, ਆ ਜਾਓ। ਅੱਛਾ, ਚੜ੍ਹਨ ਲੱਗਿਆ ਜੀ ਉੱਪਰ ਨੂੰ, ਮਹਿਮਾਨਾਂ ਨੂੰ ਵੀ ਨਾਲ ਲੈ ਕੇ ਚੱਲੇ ਆ। ਮੰਦਰ ਤੇ ਗੁਰਦੁਆਰਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਤੇ ਮਸੀਤ ਵੀ, ਮਸੀਤ ਵੀ ਨਾਲ ਹੀ ਆ।
ਇਸ ਮਸੀਤ ਦਾ ਜ਼ਿਕਰ ਕੀਤਾ ਸੀ। ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ, ਹਾਂਜੀ, ਔਰ ਇਹ ਇੱਕ ਮੰਦਿਰ ਹੈ। ਇਹ ਤਾਂ ਇਸ ਟਾਈਮ ਲੌਕ ਹੈ, ਤਾਂ ਚੂੰਕਿ ਟੂਰਿਸਟ ਵਿਲੇਜ ਬਣਾ ਦਿੱਤਾ ਗਿਆ, ਇੱਧਰ ਹੋਟਲ ਨੇ। ਦੁਨੀਆਂ ਚ ਪਹਿਲੀ ਜਗ੍ਹਾ ਹੀ ਆ ਜਿਸ ਤਰ੍ਹਾਂ ਮਸਜਿਦ ਮੰਦਰ ਇੱਕੋ ਜਗ੍ਹਾ, ਇੱਕੋ ਖਾਤੇ ਵਿੱਚ ਧਾਰਮਿਕ ਸਥਾਨ ਜਿਹੜੇ ਹੈ, ਹਾਂ ਹਾਂ, ਉਹ ਇੱਕੋ ਜਗ੍ਹਾ ਤੇ। ਅੱਛਾ, ਨਹੀਂ ਲੱਗਦੇ, ਹਾਂ, ਆ ਕੇ ਦੇਖੋ ਨਾ ਪੇਂਟ ਵਰਕ ਜਿਹੜਾ ਹੋਇਆ ਕਿੱਦਾਂ ਲੱਗਾ ਜੀ। ਮਸਜਿਦ ਮੰਦਰ ਸੀ ਕੀ, 550 ਸਾਲ ਪੁਰਾਣਾ ਹੈ ਸੀ, ਇਹ ਨੀ ਕਿ ਬਣਾਇਆ ਗਿਆ ਵੀ ਲੋਕਾਂ ਨੂੰ ਸੀ। ਆ ਦੇਖੋ ਪੁਰਾਣੀ ਕੰਸਟਰਕਸ਼ਨ ਉਹਦੀ, ਹਾਂਜੀ ਹਾਂਜੀ, ਇਹ ਜਾਣ ਕੇ ਕੀਤਾ ਕਿ ਹੋ ਗਿਆ YouTube ਚੈਨਲ ਹੈ। ਯਾ ਪੁੱਛ ਰਿਹਾ YouTube ਚੈਨਲ ਹੈ ਨਾ, ਹਾਂ, ਸਾਧਪੁਰ ਵਿਲੇਜ ਬਣਾਓ ਬਣਾਓ, ਸਾਧਪੁਰ ਵਿਲੇਜ, ਹਾਂ। ਨਹੀਂ ਉਹ ਖੁੱਲੇ ਆ, ਪਹਿਲੇ ਖੋਲਦੇ ਆ ਮੇਰੇ ਖਿਆਲ, ਸ਼ਾਮ ਨੂੰ ਰਾਤ ਨੂੰ ਖੋਲ ਦਿੰਦੇ, ਟੂਰਿਸਟ ਰਾਤ ਨੂੰ ਜ਼ਿਆਦਾ ਆਉਂਦੇ। ਆ ਤਾਂ ਹੁਣ ਇਹ ਮਸਜਿਦ ਹੁੰਦੀ ਸੀ ਨਾ, ਹਾਂ, ਇਹ ਦੇਖੋ ਤਾਲਾ, ਇਸ ਤਰ੍ਹਾਂ ਹੀ ਦਰਵਾਜ਼ੇ ਹੁੰਦੇ ਸੀ ਪਹਿਲੇ, ਕੱਚੀ ਲੱਕੜ ਦੇ, ਪੱਕੀ ਲੱਕੜ ਦੇ ਹੈ, ਥੱਲੇ ਤਾਲਾ ਲੱਗੇ ਹੁੰਦੇ ਸੀ। ਕਿਆ ਬਾਤ ਹੈ, ਹਾਂਜੀ ਹਾਂਜੀ। ਅੱਛਾ ਪਹਿਲੇ ਦਰਵਾਜ਼ੇ ਅੰਜ ਵੀ ਹੁੰਦੇ ਸੀ, ਉੱਤੇ ਆਣ ਕਰ ਕੁੰਡੀ ਲਾ ਕੇ ਤੇ ਉੱਤੇ ਵੀ ਤਾਲਾ ਲਾ ਦੇ। ਗੋਰਾ ਭਾਈ ਕਿੱਥੋਂ ਆਏ ਆ? ਉਸ ਤੋਂ ਜਿਹੜੇ ਪਹਿਲੇ ਜਿਹਨੂੰ ਯੂਐਸਏ ਤੋਂ ਆਏ ਆ, ਦਰਵਾਜ਼ੇ ਵੱਡੇ ਸੀ ਨਾ। ਆਪ ਇਧਰ ਕਰੇ ਨਾ, ਉਹ ਇਧਰ ਕੁਮਹਾਰ ਥਾ, ਉਹ ਜੋ ਇਹ ਵਾਲੀ, ਇਹ ਵਾਲੀ ਨਾ, ਜਿਹੜੀ ਬੜੀ ਇੱਕ ਯੂਨੀਕ ਚੀਜ਼ ਤੁਹਾਨੂੰ ਦੱਸਣ ਹੁਣ ਆਇਆ ਨਾ, ਮੈਂ ਕਾਫੀ ਦੇਰ ਬਾਅਦ ਆਇਆ ਤੇ ਥੋੜਾ ਜਿਹਾ ਬਦਲ ਗਿਆ। ਇੱਕ ਹੋਰ ਗੱਲ ਕਿ ਇਹ ਜਿਹੜੇ ਆ ਨਿੱਕੀਆਂ ਨਿੱਕੀਆਂ ਗਲੀਆਂ ਹੁੰਦੀਆਂ ਨਾ ਜਿਹੜੇ ਪਿੰਡਾਂ ਦੀਆਂ, ਤੇ ਲੋਕ ਕਹਿੰਦੇ ਨੇ ਸਿੱਖਾਂ ਦੇ ਵੇਲੇ ਦੇ ਪਿੰਡ ਨੇ, ਆਪਣੇ ਪਾਕਿਸਤਾਨ ਚ ਇਹ ਕਿਹਾ ਪੁਰਾਣੇ ਪਿੰਡ, ਪੁਰਾਣੇ ਪਿੰਡ ਸਿੱਖਾਂ ਦੇ ਵੇਲੇ ਦੇ, ਮਤਲਬ ਕਿ ਉਹ ਆਜੋ, ਚਲੋ ਜੀ।
ਅੱਛਾ ਪਹਿਲੇ ਜਾਂ ਪੁਰਾਣੇ ਪੁਰਾਣੀਆਂ ਜਿਹੜੀਆਂ ਗਲੀਆਂ ਨਫਰੀ ਵੀ ਕੋਈ ਨਹੀਂ, ਗਲੀਆਂ ਬੜੀਆਂ ਤੰਗ ਹੁੰਦੀਆਂ ਸੀ ਉਹ ਨਾ ਇਸ ਤਰ੍ਹਾਂ ਨਾ ਕਿ ਜਿਵੇਂ ਹੁਣ ਪੁਰਾਣੇ ਦੌਰ 'ਚ ਸੀ ਨਾ, ਹੁਣ ਅੱਜ ਜਿਹੜੀਆਂ ਤੰਗ ਗਲੀਆਂ ਦੇ ਪਿੰਡ ਨੇ ਇਹਨਾਂ ਨੂੰ ਕਹਿੰਦੇ ਲੋਕ ਸਿੱਖਾਂ ਦੇ ਵੇਲੇ ਦੇ ਪਿੰਡ, ਤੇ ਜਿਹਨਾਂ ਦੀਆਂ ਗਲੀਆਂ ਖੁੱਲੀਆਂ ਜਿਵੇਂ ਹੁਣ ਆਪਣੇ ਬ੍ਰਿਟਿਸ਼ ਕੁਈਨ ਵੀ ਇਹਨੂੰ ਦੇਖਣ ਆਈ ਸੀ, ਅੰਗਰੇਜ਼ਾਂ ਦੇ ਵੇਲੇ ਦੇ ਪਿੰਡ ਨੇ ਜੀ ਜੀ, ਜਦੋਂ ਬ੍ਰਿਟਿਸ਼ ਪਿੰਡ ਨੇ ਜਿਹਨਾਂ ਦੀਆਂ ਗਲੀਆਂ ਬਹੁਤ ਖੁੱਲੀਆਂ, ਹਾਂ ਜੀ ਇਹ ਮਿੱਟੀ ਦੀ ਬਣੀ ਹੋਈ ਹੈ, ਇਹ ਮਿੱਟੀ ਦੀ ਬਣੀ ਹੋਈ ਟ੍ਰੇਨ ਇੰਜੀ ਹੋਣਗੀਆਂ ਜਿੱਥੇ ਵੀ ਤੁਸੀਂ ਵੇਖੋਗੇ। ਓਹੋ ਅੱਛਾ, ਦੇਖੋ ਇਹਨਾਂ ਨੇ ਹੋਰ ਬੜੇ ਇਹ ਜਿਹੜਾ ਸੱਖਰ ਵਾਲਾ ਬ੍ਰਿਜ ਬਣਾਇਆ ਹੋਇਆ, ਹੋਰ ਬੜੀਆਂ ਚੀਜ਼ਾਂ ਆ ਮਿੱਟੀ ਦੀਆਂ ਬਣਾਉਂਦੇ ਨੇ, ਬਹੁਤ ਲਾਜਵਾਬ ਆ ਦੇਖੋ, ਬਿਲਕੁਲ ਅਸਲੀ ਟ੍ਰੇਨ ਕਾਲਾ ਇੰਜਣਾ ਦੇਖੋ ਲੱਗਾ, ਰੇਲ ਗੱਡੀ ਇਹ ਉੱਪਰ ਟਰੱਕ ਬਣਿਆ ਹੋਇਆ ਭਾਈ ਮਨੀਰ, ਹਾਂ ਭਾਜੀ ਮਨੀਰ ਤਾਂ ਅੰਦਰ ਰਹਿੰਦਾ ਤੁਸੀਂ ਵੇਖੋ ਟਰੱਕ ਪਾਸ ਆਂਦਾ, ਮੈਂ ਕਿਹਾ ਹੁਣ ਜਾਏ ਹਾਂ ਨਹੀਂ ਆ ਦੇਖੋ ਵੀ ਇੰਜਣ ਇਹ ਵੀ ਮਿੱਟੀ ਦਾ ਹੀ ਸੀ ਨਾ, ਇਹ ਵੀ ਮਿੱਟੀ ਦਾ ਹੈ, ਹੁਣ ਡੈਥ ਕਰ ਗਈ ਉਹ ਸਪੈਸ਼ਲ ਟ੍ਰੇਨ ਦੇਖਣ ਲਈ, ਅੱਛਾ ਅੱਲਾ ਕਾ ਬੰਦੇ ਨੇ ਮਿੱਟੀ ਦੀ ਠੀਕ ਹੈ ਡਿਫਰੈਂਟ ਸ਼ੋ ਪੀਸਿਸ ਅੱਲਾ ਪਾਕ ਸੇ ਡਿਫਰੈਂਟ ਹੈ ਇੱਕ ਨਹੀਂ ਹੈ, ਟੋਕਰੀਆਂ ਵਿੱਚ ਵੱਡੀਆਂ ਛੋਟੀਆਂ ਰੱਖੀਆਂ ਹੋਈਆਂ, ਇਹ ਸਾਡੇ ਇੱਥੇ ਇੱਕ ਬੜਾ ਫੇਮਸ ਸੱਖਰ ਬ੍ਰਿਜ ਹੈ, ਉਹ ਰੇਲਵੇ ਦਾ ਪੁੱਲ ਹੈ, ਰੇਲਵੇ ਦਾ ਪੁੱਲ ਜਿਹੜਾ ਬਣਿਆ ਹੋਇਆ ਇਹ ਬਿਨਾਂ ਕਿਸੇ ਚੀਜ਼ ਤੋਂ ਹੈ, ਹਾਂ ਸੱਖਰ ਵਾਲਾ, ਇਹ ਪੁੱਲ ਇੱਕ ਅਜੀਬ ਕਿਸਮ ਦੀ ਇੰਜੀਨੀਅਰਿੰਗ ਹੈ, ਕਿਤੇ ਥੱਲੇ ਸਪੋਰਟ ਕੋਈ ਨਹੀਂ, ਇਹਨੂੰ ਉੱਤੇ ਬਣਾ ਕੇ ਇਹ ਰੱਸਿਆਂ ਦੇ ਨਾਲ ਲਟਕਾਇਆ ਹੋਇਆ, ਉਹਨੂੰ ਤੋਂ ਬਕਾਇਦਾ ਟ੍ਰੇਨ ਗੁਜ਼ਰ ਰਹੀ ਹੈ, ਔਰ ਪਹਿਲੀ ਦਫ਼ਾ ਕੋਈ ਵੀ ਡਰਾਈਵਰ ਇਸ ਟ੍ਰੇਨ ਨੂੰ ਅੱਗੇ ਨਹੀਂ ਸੀ ਲੈ ਕੇ ਜਾ ਰਿਹਾ ਕਿ ਪੋਸੀਬਲ ਨਹੀਂ ਹੈ, ਫਿਰ ਉਹਨਾਂ ਨੇ ਮਿਨਾਰੇ ਪਾਕਿਸਤਾਨ ਜੇਲ੍ਹ ਦੇ ਵਿੱਚੋਂ ਇੱਕ ਕੈਦੀ ਨੂੰ ਬੁਲਾਇਆ, ਉਹਨੂੰ ਟ੍ਰੇਨ ਕੀਤਾ ਕਿ ਟ੍ਰੇਨ ਕਿੱਦਾਂ ਕਰਨੀ, ਉਹ ਸਜ਼ਾਏ ਮੌਤ ਦਾ ਸੀ, ਉਹਨੂੰ ਕੁਛ ਦਿਨ ਬਾਅਦ ਸਜ਼ਾਏ ਮੌਤ, ਉਹਨੂੰ ਕਿਹਾ ਕਿ ਅਗਰ ਤੂੰ ਸਕਸੈਸਫੁਲੀ ਉੱਧਰ ਲੈ ਗਿਆ ਤਾਂ ਤੈਨੂੰ ਮਾਫ਼ ਕਰ ਦਿੱਤੀ ਜਾਏਗੀ, ਤਾਂ ਫਿਰ ਉਹ ਲੈ ਗਿਆ ਸੀ, ਉਹ ਲੈ ਗਿਆ ਸੀ ਪਹਿਲੀ ਦਫ਼ਾ ਗੁਜ਼ਾਰ ਨਹੀਂ, ਫਿਰ ਤਾਂ ਚੱਕਾ ਖੁੱਲ ਗਿਆ, ਹਾਂਜੀ ਮਾਫ਼ ਹੋ ਗਈ, ਔਰ ਪਹਿਲੀ ਦਫ਼ਾ ਇਹ ਕਿ ਤੁਸੀਂ ਗਾਣਾ ਸੁਣਿਆ ਲੁੱਡੀ ਹੈ ਜਮਾਲੋ ਪਾਓ, ਉਹ ਜਮਾਲੋ ਉਸ ਬੰਦੇ ਦਾ ਨਾਮ ਸੀ, ਉਹਦੀ ਘਰਵਾਲੀ ਨੇ ਜਦੋਂ ਟ੍ਰੇਨ ਲੈ ਗਿਆ ਉਹਨੂੰ ਖੁਸ਼ੀ ਸੀ ਵੀ ਚਲੋ ਹੁਣ ਇਹਨੇ ਬਚ ਜਾਣਾ, ਉਹ ਪਹਿਲੀ ਦਫ਼ਾ ਗਾਇਆ ਗਿਆ ਤਾਂ ਉਸ ਤੋਂ ਬਾਅਦ ਇਹ ਬਕਾਇਦਾ ਸਾਰਾ ਟ੍ਰੈਡੀਸ਼ਨਲ ਸੰਗ ਬਣ ਗਿਆ, ਲੁੱਡੀ ਹੈ ਜਮਾਲੋ ਪਾਓ, ਲੁੱਡੀ ਹੈ ਜਮਾਲੋ, ਜਮਾਲੋ ਉਸ ਬੰਦੇ ਦਾ ਨਾਮ ਸੀ, ਠੀਕ ਹੈ ਇਹ ਸੱਖਰ ਹੈ ਸਾਡਾ ਪ੍ਰੋਵਿੰਸ ਸਿੰਧ ਹੈ ਨਾ ਜਿਹੜਾ ਉੱਥੇ ਹੈ, ਇਹ ਮਿਨਾਰੇ ਪਾਕਿਸਤਾਨ ਬਣਿਆ ਜੀ, ਐਡਰੈਸ ਹਾਂ ਬਿਹਤਰੀਨ ਚੱਲਦਾ, ਇਹ ਸਾਡਾ ਜਿਹੜਾ ਬਿਰਾਜ ਹੈ ਸੱਖਰ ਬਿਰਾਜ, ਉਹਦੇ ਉੱਤੇ ਪੁੱਲ ਹੈ, ਕਮਾਲ ਆ ਸੱਖਰ ਬਿਰਾਜ, ਅਰੇ ਜਿਹੜਾ ਸਿੰਧ ਰਿਵਰ ਸੀ ਨਾ ਕਲਾਕਾਰੀ ਵਾਲੀ ਦਾ ਖੀਰ ਆ ਜੀ, ਉੱਥੇ ਬਣਿਆ ਹੋਇਆ, ਇਸੇ ਦਾ ਨਾਂ ਹੀ ਸੱਖਰ ਬਿਰਾਜ ਆ ਉੱਥੇ, ਯਾਨੀ ਕਿ ਇਸ ਰਿਵਰ ਦੇ ਉੱਤੇ ਜਿਹੜਾ ਬਿਰਾਜ ਬਣਿਆ ਉਹਨੂੰ ਸੱਖਰ ਬਿਰਾਜ, ਕਿਉਂਕਿ ਸੱਖਰ ਸ਼ਹਿਰ ਦੇ ਕੀ ਇਹਨੂੰ ਸੱਖਰ ਵਾਲਾ ਪੁੱਲ ਕਹਿੰਦੇ, ਤੁਸੀਂ ਗੂਗਲ ਕਰਨਾ ਤਾਂ ਇਹ ਇੰਜੀਨੀਅਰਿੰਗ ਅਜੀਬ ਕਿਸਮ ਦੀ ਹੈ, ਕਿ ਇਹਦੇ ਥੱਲੇ ਕੋਈ ਸਪੋਰਟ ਨਹੀਂ ਹੈ, ਰੱਸਿਆਂ ਨਾਲ ਲਟਕੇ ਆ, ਪਰ ਅੱਜ ਵੀ ਚੱਲ ਰਿਹਾ, ਹਾਂ ਪੁਰਾਣਾ ਹੁਣ ਪਹਿਲੇ 110 ਸੀ ਹੁਣ 120 120 ਸਾਲ ਪੁਰਾਣੀ ਮਿੱਟੀ ਕੇ ਰੇਲ ਦੇਖਣੀ ਹੈ, ਕੀ ਬਾਤ ਹੈ ਜੀ, ਸਾਰਾ ਕੁਛ ਬਣਾਇਆ ਉਹਨਾਂ ਦੀ ਤਸਵੀਰ ਕਿਹੜੀ ਹੈ ਜੀ, ਇਹ ਤਸਵੀਰ ਹੈ ਜੀ, ਕੌਣ ਹੈ, ਅੱਛਾ ਅੱਛਾ ਕੋਈ ਅਫਸਰ ਆ ਜੀ, ਉਹ ਪਾ ਰਿਹਾ, ਠੀਕ ਹੋ ਗਿਆ, ਕੁੱਲਾ ਇਹ ਤਸਵੀਰ ਤੁਹਾਡੇ ਦਾਦੂ ਟਾਂਡਾ ਘੋੜਾ, ਅੱਛਾ ਜੀ ਇਹ ਦਾਦਾ ਜੀ ਤੁਹਾਡੇ, ਕਮਾਲ ਆ ਜੀ, ਕਾਰਾਗਰ ਆ ਜੀ, ਪੱਤੀ ਦੇਣਾ ਹੈ, ਹਾਂਜੀ ਇਹ ਬੈਕ ਸਾਈਡ ਆ ਜੀ, ਮਸਜਿਦ ਮੰਦਰ ਔਰ ਗੁਰਦੁਆਰਾ, ਇਹ ਛੋਟੇ ਛੋਟੇ ਬੱਚੇ ਖੇਲਣ ਡਏ ਆ ਜੀ, ਇਹ ਵੀ ਵੱਖਰੀ ਇੱਕ ਦੁਨੀਆ ਭਾਈ ਮਨੀਰ, ਬਿਲਕੁਲ ਬਿਲਕੁਲ ਹੈ ਬਿਲਕੁਲ,
ਆਮ ਲੋਕਾਂ ਨਾਲੋਂ ਹਟ ਕੇ ਰਹਿਣ ਸਹਿਣ ਇਹਨਾਂ ਦਾ। ਹਾਲਾਂਕਿ ਦੇਖ ਲਓ ਕੈਪੀਟਲ ਦੇ ਵਿੱਚ, ਕੈਪੀਟਲ ਦੇ ਵਿੱਚ ਇੱਕ ਮਾਡਰਨ ਸਿਟੀ ਦੇ ਵਿੱਚ ਇੱਕ ਪਿੰਡ ਜਿਹੜਾ ਉਹ ਸਾਂਭਿਆ ਹੋਇਆ। ਬੜੀ ਗੱਲ, ਬੜੀ ਗੱਲ ਯਾਰ। ਔਰ ਇਹ ਜਗ੍ਹਾ ਵੀ ਉਹ ਜਿੱਥੇ ਲੋਕ ਦੇਖਣ ਆਉਂਦੇ ਆ। ਸਾਡੇ ਨਾਲ ਸਾਡੇ ਨੰਬਰ ਤੇ ਦਿੱਤੇ ਹੋਏ ਤੇ ਰਾਬਤਾ ਕਰਕੇ ਤੁਸੀਂ ਅਗਰ ਟਰੈਵਲ ਐਂਡ ਟੂਰ ਦੀ ਸਰਵਿਸ ਲੈਣਾ ਚਾਹੋ। ਇਹ ਦੇਖੋ ਮੰਜੀਆਂ ਪੀੜੀਆਂ ਪੀੜੇ ਛੋਟੇ ਛੋਟੇ ਗੱਡੀਆਂ ਬੜੀ ਬੜੀਆਂ ਸ਼ਾਨਦਾਰ ਦੇਸ਼ ਪ੍ਰਦੇਸ਼। ਸੁਣਾਓ ਜੀ ਕਿੱਦਾਂ ਲੱਗ ਰਿਹਾ? ਬਹੁਤ ਵਧੀਆ। ਅੱਛਾ ਪੁਰਾਣਾ ਇਹ ਪਿੰਡ ਦਾ ਵੇਖ ਲਓ। ਹਾਂਜੀ ਪੁਰਾਣੀ ਖਲੋਤੀ ਨਾਲਾ ਵਿੱਚ। ਦੋਸਤੋ ਇਹ ਸੀ ਵੀਡੀਓ ਜਿਹਦੇ ਵਿੱਚ ਉਹਨਾਂ ਨੇ ਨਾ ਕਾਫੀ ਮਤਲਬ ਕਿ ਜਿਹੜਾ ਇੱਕ ਤੇ ਸੈਦਪੁਰ ਵਿਲੇਜ ਹੈ ਨਾ ਇਹ ਇਸਲਾਮਾਬਾਦ ਦੇ ਬਿਲਕੁਲ ਨਾਲ। ਇਸਲਾਮਾਬਾਦ ਤੁਹਾਨੂੰ ਪਤਾ ਬਹੁਤ ਮਾਡਰਨ ਸਿਟੀ ਹੈ, ਸਾਡੇ ਪਾਕਿਸਤਾਨ ਦੇ ਵਿੱਚ ਸਭ ਤੋਂ ਮਾਡਰਨ ਸਿਟੀ ਇਸਲਾਮਾਬਾਦ ਹੀ ਦੁਨੀਆ 'ਚ ਆਉਂਦਾ, ਕਿਉਂਕਿ ਦੁਨੀਆ ਦੇ ਖੂਬਸੂਰਤ ਤਰੀਨ ਦਾਰੂ ਖਿਲਾਫਾ 'ਚੋਂ ਇੱਕ ਉਹ ਹੈ, ਮਤਲਬ ਕਿ ਟਾਪ 3 ਚੋਂ। ਅਤੇ ਦੂਸਰਾ ਇਹ ਚੀਜ਼ ਜਿਹੜੀ ਨਾ ਸਾਰਿਆਂ ਤੋਂ ਵੱਡੀ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਜਗ੍ਹਾ ਦੀ ਮਸਜਿਦ ਹੈ, ਮੰਦਰ ਹੈ ਅਤੇ ਗੁਰਦੁਆਰਾ ਹੈ। ਮਤਲਬ ਕਿ ਲੋਕ ਉਦੋਂ ਕਿੰਨੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਅਤੇ ਇੰਝ ਵੀ ਗੁਜ਼ਾਰਾ ਹੋ ਸਕਦਾ ਸੀ। ਸਾਡੇ 500 ਸਾਲ ਪੁਰਾਣੀ ਗੱਲ ਹੈ ਅਤੇ ਮੇਰਾ ਖਿਆਲ ਹੈ ਸਿੱਖ ਧਰਮ ਨੂੰ ਬਣੇ ਨੂੰ ਕੋਈ ਬਾਬਾ ਗੁਰੂ ਨਾਨਕ ਸਾਹਿਬ ਦੇ ਦੌਰ ਦੀ ਕੋਈ ਗੱਲ ਹੈ। ਹਾਂਜੀ, ਕਿਉਂਕਿ ਮੇਰਾ ਖਿਆਲ ਹੈ ਸਿੱਖ ਧਰਮ ਵੀ 500 ਸਾਲ ਪੁਰਾਣਾ ਹੀ ਹੈ। ਹਾਂਜੀ, 500 ਸਾਲ ਪੁਰਾਣਾ ਹੈ ਆਲਮੋਸਟ। ਕਿਉਂਕਿ ਬਾਬਾ ਗੁਰੂ ਨਾਨਕ ਸਾਹਿਬ ਦੀ ਵਜ੍ਹਾ ਤੋਂ ਸਿੱਖ ਧਰਮ ਚੱਲਿਆ ਅਤੇ ਇਹਦਾ ਮਤਲਬ ਕਿ ਗੁਰਦੁਆਰਾ ਫਿਰ ਉਹ ਬਾਅਦ 'ਚ ਹੀ ਬਣਿਆ। ਹਾਂਜੀ ਹਾਂ, ਕਿਉਂਕਿ ਲੇਕਿਨ ਇਹ ਬੜੀ ਆਈਆ ਕੀਮਤੀ ਗੱਲ ਹੈ, ਬੜੀ ਪਿਆਰੀ ਗੱਲ ਹੈ ਕਿ ਮਸਜਿਦ ਮੰਦਰ ਅਤੇ ਗੁਰਦੁਆਰਾ ਇਕੱਠੇ ਨੇ। ਅਗਰ ਕੋਈ ਨਮਾਜ਼ ਪੜ੍ਹਨ ਆ ਰਿਹਾ, ਕੋਈ ਗੁਰਦੁਆਰੇ ਆ ਰਿਹਾ, ਕੋਈ ਮੰਦਰ ਆ ਰਿਹਾ, ਇਹਦਾ ਮਤਲਬ ਕਿ ਉਹਨਾਂ ਦੀ ਮੁਲਾਕਾਤ ਹੁੰਦੀ ਹੋਏਗੀ ਅਤੇ ਉਹ ਇੱਕ ਦੂਸਰੇ ਨਾਲ ਸਲਾਮ ਦੁਆ ਕਰਦੇ ਹੋਣਗੇ। ਲੇਕਿਨ ਹੁਣ ਇਹ ਚੀਜ਼ ਇਹ ਜਿਹੜਾ ਨਾ ਇੱਕ ਟੂਰਿਸਟ ਪੁਆਇੰਟ ਬਣਾ ਦਿੱਤਾ ਗਿਆ ਹੁਣ, ਮੇਰਾ ਖਿਆਲ ਉੱਥੇ ਨਾ ਆਬਾਦਤ ਵਗੈਰਾ ਲੋਕ ਨਹੀਂ ਕਰਦੇ, ਸਿਰਫ ਟੂਰਿਸਟ ਵਾਸਤੇ। ਜਿਵੇਂ ਆ ਆਏ ਨੇ ਸਿੱਖ, ਪੂਰਾ ਪਿੰਡ ਹੀ ਟੂਰਿਸਟ ਪੁਆਇੰਟ ਡਿਕਲੇਅਰ ਕਰ ਦਿੱਤਾ। ਜਿਵੇਂ ਉਹਨਾਂ ਸਿੱਖ ਆਏ ਨੇ ਜਾਂ ਕੋਈ ਹੋਰ ਅੰਗਰੇਜ਼ ਆਉਂਦੇ ਨੇ ਜਾਂ ਇਸ ਤਰ੍ਹਾਂ ਉਹਨੂੰ ਦੇਖ ਕੇ ਜਾਂਦੇ ਨੇ, ਉਹ ਵਾਕਿਓ ਤਾਲੇ ਲੱਗੇ ਹੋਏ ਨੇ। ਲੇਕਿਨ ਇਹ ਪਿਆਰ ਮੁਹੱਬਤ ਸੀ ਉਦੋਂ, ਇਸ ਚੀਜ਼ ਨੂੰ ਬੰਦਾ ਸਮਝ ਸਕਦਾ ਕਿ ਉਦੋਂ ਕਿੰਨਾ ਕੁ ਪਿਆਰ ਮੁਹੱਬਤ ਸੀ ਕਿ ਆਪਣੀਆਂ ਇਬਾਦਤ ਗਾਵਾਂ ਇੱਕ ਜਗ੍ਹਾ ਤੇ ਨੇ, ਲੋਕਾਂ ਨੇ ਬਣਾਈਆਂ ਹੋਈਆਂ ਨੇ ਤੇ ਲੋਕਾਂ ਦੇ ਵਿੱਚ ਇੰਨਾ ਉਦੋਂ ਇਤਫਾਕ ਹੈ ਸੀ, ਇੰਨੀ ਬਰਦਾਸ਼ਤ ਸੀ। ਸਾਰਿਆਂ ਤੋਂ ਵੱਡੀ ਗੱਲ ਕਿ ਇੰਨੀ ਬਰਦਾਸ਼ਤ ਸੀ, ਹੁਣ ਉਹ ਬਰਦਾਸ਼ਤ ਦਾ ਹੁਣ ਤੇ ਤੁਹਾਨੂੰ ਪਤਾ ਹੈ ਕਿ ਫਿਰ ਉਹ ਹਾਲਾਤ। ਲੇਕਿਨ ਇੱਕ ਚੀਜ਼ ਹੈ ਵੇ, ਹੁਣ ਕਈ ਇਹ ਵੀਡੀਓ ਨੂੰ ਵੇਖ ਕੇ ਕਹਿਣਗੇ ਕਿ ਯਾਰ ਇਹ ਬਾਅਦ 'ਚ ਬਣਾਈ ਗਈ ਹੈ ਅਤੇ ਯੇ ਅਤੇ ਵੋ ਇਹ, ਲੇਕਿਨ ਇਹ ਹੈ ਸੀ ਪਹਿਲੋਂ। ਹਾਂਜੀ, ਉਹਨਾਂ ਨੇ ਕਹਿਣਾ ਕਿ ਸਾਢੇ ਪੰਜ ਸੌ ਸਾਲ ਪੁਰਾਣੀ ਗੱਲ ਹੈ। ਅਤੇ ਦੂਸਰਾ ਇਹ ਕਿ ਜਿਹੜਾ ਬੜੇ ਕਿ ਦੂਸਰਾ ਇਹ ਵੇ ਕਿ ਜਿਹੜੇ ਲੋਕ ਉਹਨਾਂ ਨੇ ਵਿੱਚ ਨੰਬਰ ਵਗੈਰਾ ਦਿੱਤਾ ਕਿ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਨਾ, ਅਗਰ ਉੱਥੇ ਵਿਜ਼ਿਟ ਕਰਨਾ ਹੈ ਉਹਨਾਂ ਨੇ ਤੇ ਉਹਨਾਂ ਨੂੰ ਗਾਈਡ ਵੀ ਦਿੱਤਾ ਜਾਏਗਾ ਸੋਲ। ਲੇਕਿਨ ਇਹ ਕੋਈ ਐਡਾ ਉਹ ਐਸਾ ਪੁਆਇੰਟ ਨਹੀਂ ਕਿ ਵੀ ਜਿੰਨੇ ਤੇ ਜਾ ਰਹੇ। ਅਗਰ ਆਪਾਂ ਹੁਣ ਇਸਲਾਮਾਬਾਦ ਜਦੋਂ ਵੀ ਆਪਾਂ ਸੈਰ ਕਰਨ ਗਏ, ਮਰੀ ਦੇਖਣ ਗਏ, ਤੇ ਆਪਾਂ ਇਸ ਪੁਆਇੰਟ ਨੂੰ ਜ਼ਰੂਰ ਦੇਖ ਕੇ ਆਈਏ। ਹਾਂਜੀ, ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਇਸਲਾਮਾਬਾਦ ਬਿਲਕੁਲ ਨਾਲ ਹੀ ਹੈ। ਆਪਾਂ ਇਹ ਦਫਾ ਹਸਨ ਅਬਦਾਲ ਵੀ ਜਾਣਾ, ਪੰਜਾ ਸਾਹਿਬ ਸਹੀ ਦਰਬਾਰ ਜਿਹੜਾ ਨਾ ਉੱਥੇ ਕੋਈ ਆ। ਗਰਮੀਆਂ ਦੀਆਂ ਛੁੱਟੀਆਂ ਜਦੋਂ ਵੀ ਆਪਾਂ ਨੂੰ ਹੋਣੀਆਂ ਨਾ ਮਈ ਦੇ ਵਿੱਚ, ਜੂਨ ਚ ਸੋਰੀ, ਜਦੋਂ ਤੁਹਾਡੀਆਂ ਦੋਸਤੋ ਵੋਟਾਂ ਪੈਣੀਆਂ ਸਾਨੂੰ, ਉਦੋਂ ਛੁੱਟੀਆਂ ਹੋਣੀਆਂ 3 ਮਹੀਨਿਆਂ ਦੀਆਂ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਦੇਖ ਕੇ ਆਈ। ਅਸੀਂ ਬੜੀ ਵਾਰੀ ਇਸਲਾਮਾਬਾਦ ਗਏ ਹਾਂ ਦੇਖਦੇ ਦੂਦ ਰਹੇ, ਲੇਕਿਨ
ਇਹ ਤਾਂ ਅਸੀਂ ਵੀਡੀਓ ਵੇਖਿਆ ਤੁਹਾਨੂੰ ਪਤਾ ਚੱਲਿਆ ਅਸੀਂ ਤਾਂ ਕਿਉਂਕਿ ਪਿੰਡਾਂ ਦੇ ਹਾਂ ਅਸੀਂ ਪਿੰਡਾਂ ਦੇ ਉਹ ਜਦੋਂ ਦੱਸਦੇ ਨਾ ਲੋਕ ਕੇ ਨਾਲ ਇੱਕ ਸੈਦਪੁਰ ਪਿੰਡ ਏ ਤੁਸੀਂ ਕਹਿੰਦੇ ਪਿੰਡਾਂ ਵਾਲਿਆਂ ਨੇ ਪਿੰਡ ਕੀ ਵੇਖਣਾ ਇਸਲਾਮਾਬਾਦ ਜਾਈਦਾ ਸਾਡੇ ਪਾਕਿਸਤਾਨ ਦੇ ਲੋਕ ਠੰਡੇ ਗਰਮ ਇਲਾਕਿਆਂ ਦੇ ਲੋਕ ਠੰਡੇ ਇਲਾਕੇ 'ਚ ਸੈਰ ਕਰਨ ਜਾਂਦੇ ਨੇ ਬਹੁਤ ਕੁਛ ਦੇਖਣ ਦੀ ਲੇਕਿਨ ਇਸ ਦਫ਼ਾ ਅਸੀਂ ਬਕਾਇਦਾ ਇਹ ਪੁਆਇੰਟ ਕਰਕੇ ਚੀਜ਼ਾਂ ਪੁਆਇੰਟ ਨੋਟ ਪੁਆਇੰਟ ਲਿਖ ਕੇ ਜਾਵਾਂਗੇ ਕਿ ਆਹ ਚੀਜ਼ਾਂ ਦੇਖਣੀਆਂ ਸਹੀ ਠੀਕ ਹੈ ਇੱਥੇ ਹੁਣ ਆਪਾਂ 200 ਵੀਡੀਓ ਦਾ ਐਂਡ ਕਰਨੇ ਆ ਵੀਡੀਓ ਬਹੁਤ ਪਿਆਰੀ ਸੀ ਤੁਹਾਨੂੰ ਕੈਸੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਅੱਲਾਹ ਹਾਫਿਜ਼।